ਸਮਝੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਪਿਆ ਮុលਦੀ ਦਾ ਹਮਸ਼ਿਕਲ ਜੋ ਵੀਰ ਦਾ ਟ੍ਰੇਨ ਚ ਖੀਰੇ ਦੇ ਬਾਰੇ ਆਈ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਜ ਤੋਂ ਲਾਇਕ ਐਂਡ ਸ਼ੇਅਰ ਵੀ ਕਰ ਦੇਣ ਉਹ ਪ੍ਰਧਾਨ ਮੰਤਰੀ ਮੋਦੀ ਦੇ ਹਮਸ਼ਕਲ ਵਿਅਕਤੀ ਟ੍ਰੇਨ ਵਿੱਚ ਖੀਰੇ ਖੀਰੇ ਵੇਚਦਾ ਹੈ ਜਿਸ ਬਾਰੇ ਵੱਡੀ ਖਬਰ ਸਾਹਮਣੇ ਪੱਪਾ ਜਾਣਕਾਰੀ ਸਰਪ੍ਰਧਾਨ ਮੰਤਰੀ ਨੂੰ ਦਾ ਹਮਸ਼ਕਲ ਵਿਅਕਤੀ ਜਿਹੜੇ ਟ੍ਰੇਨ ਵਿੱਚ ਖੀਰੇ ਵੇਚਣ ਦਾ ਕੰਮ ਕਰਦਾ ਹੈ ਉਹ ਇਥੇ ਵਿਅਕਤੀ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਸਟਰੀਟ ਦਾ ਕੰਮ ਕਰ ਰਿਹਾ ਸੀ ਜਿੱਥੇ ਇਸ 56 ਸਾਲਾ ਅਭਿਨੰਦਨ ਪਾਠਕ ਵੱਲੋਂ ਆਪਣੀ ਕਿਸਮਤ ਵਿੱਚ ਰਾਜਨੀਤੀ ਵਿੱਚ ਜਮੂਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਉਸ ਵੱਲੋਂ ਭਾਰਤੀ ਜਨਤਾ ਪਾਰਟੋ ਲਖਨਊ ਚੋਣ ਹਲਕੇ ਵਿੱਚ ਸਰੋਜ ਰੀਮ ਨਗਰ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਟਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਹਨੂ ਵਿਪੱਤ ਲਿਖਿਆ ਗਿਆ ਸੀ ਪਰ ਉਹਨਾਂ ਨੂੰ ਇਸ ਬਾਰੇ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਤੇ ਭਾਜਪਾ ਵੱਲੋਂ ਉਹਨਾਂ ਨੂੰ ਚਿੱਠੀ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਹਥੇ ਇਸ ਵਿਅਕਤੀ ਨੇ ਦੱਸਿਆ ਕਿ ਜਿੱਥੇ ਉਹਨ ਉਸਦੀ ਪਤਨੀ ਨੂੰ ਤਲਾਕ ਦੇ ਕੇ ਜਾ ਚੁੱਕੀ ਹੈ। ਉਹਥੇ ਉਹ ਇਸ ਸਮੇਂ ਰੇਲ ਗੱਡੀਆਂ ਵਿੱਚ ਰੋਜ਼ੀ ਰੋਟੀ ਦੀ ਖਾਤਰ ਖੀਰੇ ਵੇਚ ਕੇ ਰੋਟੀ ਖਾਂਦਾ ਹੈ। ਉਹਦੇ ਉਸ ਨੂੰ ਸੀਟ ਨਾ ਮਿਲਣ ਕਾਰਨ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋ ਪਾਠਕ ਸਹਾਰਪੁਰ ਦੇ ਰਹਿਣ ਵਾਲੇ ਹਨ ਖਬਰ ਨੂੰ ਲਾਸਟ ਤੱਕ ਦੇਖਣ ਲਈ